ਵਿੱਚੋਂ ਘਿਓ ਪਾਇਆ ਗਿਆ ਉਹ ਸਟੀਲ ਦੀ ਸੀ, ਜਿਹੜੀ ਚੀਨੀ ਪਾਈ ਗਈ ਉਹ ਸਟੀਲ ਦੀ ਸੀ, ਜਿਹੜੇ ਪੀਪੇ ਵਿੱਚ ਆਟਾ ਪਾਇਆ ਉਹ ਸਟੀਲ ਦਾ ਸੀ। ਸੰਗਤ ਦੇ ਘਰਾਂ ਦੇ ਵਿੱਚੋਂ ਆਇਆ ਹੋਇਆ ਆਟਾ ਹੈ। ਅਤੇ ਉਹਦੇ ਵਿੱਚ ਕੀ ਗੱਲ ਵੀ ਸਰਬਲੋਕ ਦੇ ਵਿੱਚ ਕਿਹਾ ਜਾਵੇ ਕਿਸੇ ਨੂੰ ਅੱਗੇ ਵੀ ਨਹੀਂ ਆਉਣ ਦੇਣਾ ਸੀ। ਬਹੁਤ ਵਧੀਆ ਸਵਾਲ ਲੈਣਾ। ਇਹ ਕਹਿੰਦੇ ਕਿ ਤੁਸੀਂ ਆਟਾ ਬਾਹਰੋਂ ਲੈਂਦੇ ਹੋ, ਘਿਓ ਬਾਹਰੋਂ ਲੈ ਲੈਂਦੇ ਹੋ, ਖੰਡ ਲੈਂਦੇ ਹੋ ਬਾਹਰੋਂ, ਸਬਜ਼ੀਆਂ ਬਾਹਰੋਂ ਲੈਂਦੇ ਹਾਂ, ਮੋਨਿਆਂ ਦੀ ਲੈਂਦੇ ਹੋ, ਉੱਥੇ ਲੈਂਦੇ ਹੋ, ਉਹ ਤੁਸੀਂ ਕਿਉਂ ਨਹੀਂ ਵਿਚਾਰ ਕਰਦੇ? ਇਹਦੇ ਬਾਰੇ ਵਿਚਾਰ ਹੈ ਜਿਹੜੀ ਵਿਵੇਕ ਦੀ ਜਿਹੜੀ ਮਰਿਆਦਾ ਰਹਿਤ ਬਹਿਣੀ ਹੈ ਨਾ, ਉਹਦਾ ਸੰਬੰਧ ਜਿਹੜੀ ਸਮੱਗਰੀ ਕੱਚੀ ਜਿੱਥੋਂ ਮਰਜ਼ੀ ਲੈ ਸਕਦੇ ਹਾਂ, ਕੱਚੀ ਸਮੱਗਰੀ ਲੈਣ 'ਚ ਕੋਈ ਪ੍ਰੋਬਲਮ ਨਹੀਂ ਗੀ, ਉਹ ਆਪਣੇ ਨੈਚੁਰਲ ਫਾਰਮ 'ਚ ਹਰਜ ਨਹੀਂ ਹੈਗਾ। ਕੁਛ ਸਮੱਗਰੀਆਂ ਇੱਦਾਂ ਦੀਆਂ ਨੇ ਜਿਹੜੀਆਂ ਖਾਲਸੇ ਦੇ ਪੁਰਾਤਨ ਸਮੇਂ ਤੋਂ ਉਹ ਕੱਚੀਆਂ ਨਹੀਂ ਤਾਂ ਵੀ ਕਬੂਲ ਕੀਤੀਆਂ ਹੋਈਆਂ ਨੇ, ਜਿਸ ਤਰ੍ਹਾਂ ਘਿਓ ਉਹਨਾਂ 'ਚੋਂ, ਖੰਡ ਆ, ਗੁੜ ਆ, ਇਹ ਬੇਸਿਕ ਪੁਰਾਤਨ ਜ਼ਮਾਨੇ ਦੇ ਸਿੰਘਾਂ ਨੇ ਕਬੂਲ ਕੀਤੀਆਂ ਨੇ। ਆਮ ਜਿਹੜੀ ਕੱਚੀ ਰਸਤ ਆ, ਮਸਾਲਾ ਕੋਈ ਚੀਜ਼ ਆਟਾ ਆ, ਉਹ ਪਿਸਿਆ ਬਾਹਰੋਂ ਲੈ ਲਓ, ਜਦੋਂ ਤਿਆਰ ਕਰਨਾ ਉਹਨੂੰ, ਤਿਆਰ ਕਰਨ ਵਿੱਚ ਖਾਲਸੇ ਦੀ ਮੋਹਰ ਚਾਹੀਦੀ ਆ। ਬਾਣੀ ਦਾ ਪਾਠ ਕਰਦੇ ਹੋਏ ਆ ਗੁਰਮੁਖ ਤਿਆਰ ਪਤਿਆ ਖਾਲਸਾ ਤਿਆਰ ਕਰੇ, ਉਹਨੂੰ ਵਿਵੇਕ ਕਹਿੰਦੇ ਆ। ਜਿੱਥੋਂ ਲੈਂਦੇ ਹਾਂ ਉਹਦੇ 'ਚ ਫਰਕ ਨਹੀਂ ਪੈਂਦਾ। ਇੱਥੇ ਤਾਂ ਕਹੋ ਜਿਹੜਾ ਦੁੱਧ ਦੁੱਧ ਮੱਝ 'ਚੋਂ ਦੋਵੇ ਉਹ ਨਹੀਂ ਲੈ ਸਕਦੇ, ਕਿ ਕਹਿੰਦੇ ਦੁੱਧ ਨੂੰ ਮੱਝ ਨੂੰ ਅੰਮ੍ਰਿਤ ਛਕਾਓ, ਮੱਝ ਨੂੰ ਮੱਝ ਕਿਹੜਾ ਵੀ ਅੰਮ੍ਰਿਤ ਕੁੱਕ ਕੀਤਾ ਵਾ ਚੁੱਲ੍ਹੇ 'ਚ ਬਣਾਇਆ ਵਾ, ਉਹ ਤਾਂ ਨੈਚੁਰਲ ਫੋਰਮ 'ਚ ਆਇਆ। ਜਦੋਂ ਤੁਸੀਂ ਗਰਮ ਕਰਨਾ ਆਪਣੇ ਸਰਵ 'ਚ ਗਰਮ ਕਰ ਲਿਆ ਉਹਨੂੰ, ਨਾਲ ਪਾਠ ਕੀਤਾ, ਉਹ ਖਾਲਸੇ ਮੋਹਰ ਲੱਗ ਗਈ, ਉਹ ਤੋਂ ਤੁਹਾਡੇ ਵਾਸਤੇ ਕਬੂਲ ਆ। ਇਸ ਦੂਜੀ ਗੱਲ ਦੇਖੋ, ਇਹ ਸਾਡੇ ਧਰਮ 'ਚ ਗੱਲ ਉੱਠ ਰਹੀ ਆ, ਯੂਜ਼ ਵੀ ਇੱਦਾਂ ਕਰਦੇ ਨੇ, ਉਹਨੂੰ ਕੋਸ਼ਰ ਕਹਿੰਦੇ ਨੇ ਉਹ, ਮੁਸਲਮਾਨਾਂ 'ਚ ਵੀ, ਹਿੰਦੂ 'ਚ ਵੀ, ਸਾਰੇ ਪਾਸੇ ਹੈ। ਪਰ ਮੈਂ ਤਾਂ ਆਪਣੇ ਧਰਮ ਦੇ ਉੱਤੇ ਉਹਨਾਂ ਦੇ ਆਪਣੇ ਧਰਮ ਦੇ ਬੰਦੇ ਉਹਨਾਂ ਦੇ ਅਟੈਕ ਨਹੀਂ ਕਰਦੇ, ਬਾਹਰ ਗੋਰੇ ਵੀ ਨਹੀਂ ਅਟੈਕ ਕਰਦੇ। ਕੋਸ਼ਰ ਥਾਂ ਥਾਂ 'ਤੇ ਵੱਡੇ ਸਟੋਰਾਂ 'ਚ ਵੀ ਆ ਕੋਸ਼ਰ ਦਾ, ਕੋਸ਼ਰ ਆਪਣੇ ਵਿਵੇਕ ਹੁੰਦਾ ਨਾ, ਉਹ ਕੋਸ਼ਰ ਕਹਿੰਦੇ, KOSHER, ਥਾਂ ਥਾਂ ਸਟੋਰਾਂ 'ਚ ਕੋਸ਼ਰ ਪਿਆ ਹੁੰਦਾ, ਉਹ ਕੋਸ਼ਰ ਦੀ ਚੀਜ਼ ਆ, ਉਹਨਾਂ ਦਾ ਵਿਵੇਕ ਆ, ਉਹ ਕੋਈ ਕੁਸ਼ਚਨ ਨਹੀਂ ਕਰਦਾ। ਪਰ ਆਪਣੇ ਇੱਥੇ ਕਿਉਂ ਕੁਸ਼ਚਨ ਕਰਦੇ ਨੇ ਸਮਝ ਨਹੀਂ ਆਉਂਦੀ। ਆਪਾਂ ਆਪਸ ਨਾਲ ਲੜੀਏ, ਇਹ ਆਪਸ ਲੜ ਲੜ ਰਹੇ ਆਪਾਂ, ਇਹ ਮਰਿਆਦਾ ਚੱਲੀ ਆ ਰਹੀ, ਚੱਲੀ ਜਾਣੀ ਆ। ਅੱਜ ਅਸੀਂ ਸ਼ੁਰੂ ਨਹੀਂ ਕੀਤੀ ਭਾਈ ਸਾਹਿਬ, ਮੈਂ ਨਹੀਂ ਸ਼ੁਰੂ ਕੀਤੀ, ਭਰਪੂਰ ਸਿੰਘ ਨੇ ਭਾਈ ਸਾਹਿਬ ਨੇ ਸ਼ੁਰੂ ਨਹੀਂ ਕੀਤੀ, ਭਾਈ ਰਣਧੀਰ ਸਿੰਘ ਨੇ ਸ਼ੁਰੂ ਨਹੀਂ ਕੀਤੀ, ਹੈ ਕਿਸੇ ਨਿਹੰਗ ਸਿੰਘ ਨੇ, ਟਕਸਾਲਾਂ ਨੇ ਸ਼ੁਰੂ ਨਹੀਂ ਕੀਤੀ। ਇਹ ਪੁਰਾਤਨ ਤੁਰੀ ਆਉਂਦੀ ਆ, ਇੱਦਾਂ ਤੁਰੀ ਆਉਂਦੀ, ਇਹਨੂੰ ਆਹ ਚੇਂਜ ਨਹੀਂ ਹੋਣੀ, ਇਹਦੇ ਹੁਣ ਇੱਕੋ ਗੱਲ ਹੋਣੀ ਇਹਦੇ ਨਾਲ। ਹੁਣ ਤੁਸੀਂ ਵਿਰੋਧ ਕਰ ਰਹੇ ਹੋ, ਆਪਸ ਆਪਣਾ ਜਿਹੜਾ ਫਰਕ ਹੈ ਉਹ ਪੈਂਦਾ ਵਾ। ਜੇ ਸਾਡੀ ਬਾਕੀ ਸਮਝ, ਦੇਖੋ ਤੁਸੀਂ ਕਾਈ ਸਰਕੇ ਦਾੜੀ ਦਸਤਾਰ ਸਹੀ, ਪਜਾਮਾ ਕੁੜਤਾ ਤੁਸੀਂ ਅਸੀਂ ਪਾਇਆ, ਸਭ ਸਾਡਾ ਰਲਦਾ, ਤੁਸੀਂ ਜਪਜੀ ਸਾਹਿਬ, ਅਸੀਂ ਜਪਜੀ ਸਾਹਿਬ ਪਾਠ ਕਰਦੇ ਹਾਂ, ਸਭ ਕੋਲ ਰਲਦਾ ਨਾ ਆਪਣਾ। ਇਹ ਆਪਾਂ ਇਹ ਸਾਨੂੰ ਇਕੱਠੇ, ਇਹ ਇਸ ਕਰਕੇ ਆਪਾਂ ਇਕੱਠੇ ਨਹੀਂ ਗਏ, ਪਰ ਦੋ ਗੱਲਾਂ ਕਰਕੇ ਅਸੀਂ ਅਲੱਗ ਹੋਏ ਪਏ ਹਾਂ। ਇਹ ਗੱਲਾਂ ਚੇਂਜ ਨਹੀਂ ਹੋਣੀਆਂ, ਨਾ ਅਸੀਂ ਚੇਂਜ ਕਰਨੀਆਂ ਨੇ, ਨਾ ਕਿਸੇ ਹੋਰ, ਉਹਨੇ ਆਪਣਾ ਚੇਂਜ ਨਹੀਂ ਕਰਨਾ। ਫਿਰ ਸਾਨੂੰ ਕੀ ਕਰਨਾ ਚਾਹੀਦਾ ਵਾ? ਇਹ ਭਾਈ ਇਹ ਜਿਵੇਂ ਬਾਕੀ ਧਰਮਾਂ 'ਚੋਂ ਇਕੱਠੇ ਰਹਿੰਦੇ ਨੇ, ਕੋਈ ਵੀ ਸਿੰਘ ਆ ਪੁਰਾਤਨ ਕਰਦੇ ਆ ਰਹੇ, ਇਹਨੂੰ ਕਰ ਲੈਂਦੇ, ਉੱਦਾਂ ਕੋਈ ਨਹੀਂ, ਇੱਦਾਂ ਆਪਾਂ ਇਕੱਠੇ ਰਹਿ ਸਕਦੇ ਹਾਂ। ਜੇ ਉਹ ਕਹੋਗੇ ਤੁਸੀਂ ਇਹ ਛੱਡੋ, ਤਾਂ ਸਾਡਾ ਪਿਆਰ ਪੈਣਾ ਆਪਸ, ਆਹ ਗਲਤ ਆ। ਹੁਣ ਇੱਦਾਂ ਹੀ ਟਕਸਾਲ ਆ, ਜਥਾ ਆ, ਨਾਨਕਸਰ ਆ, ਨਿਹੰਗ ਜਥੇਬੰਦੀਆਂ ਨੇ, ਚਾਹੇ ਆਪਣੇ ਸਿੰਘ ਮਿਸ਼ਨਰੀ ਸਿੰਘ ਜਿਹੜੇ ਕਾਲਜ ਦੇ ਕਰਦੇ, ਪ੍ਰਚਾਰ ਕਰਦੇ, ਸਾਰੇ ਕਰਦੇ ਨੇ, ਸਾਰੇ ਆਪਣੇ ਵੱਲੋਂ ਚੰਗੇ ਫੇਥ ਵਿੱਚ ਪ੍ਰਚਾਰ ਕਰ ਰਹੇ ਨੇ। ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਸੀਂ ਤੇਤੀ, ਜਿੰਨੀ ਬੁੱਧ ਕਿਸੇ ਨੇ ਬਖਸ਼ੀ ਉਸ ਮੁਤਾਬਕ ਪ੍ਰਚਾਰ ਕਰ ਰਿਹਾ। ਪ੍ਰਚਾਰ ਸਾਡੇ ਗੁਰੂ ਦੇ ਕਰ ਰਹੇ ਹੋ, ਸਾਡੀ ਗੁਰਬਾਣੀ ਦੇ ਕਰ ਰਿਹਾ। ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ, ਜਿੰਨਾ ਕਰ ਰਿਹਾ ਸਾਰਿਆਂ ਦਾ ਸਤਿਕਾਰ ਰੱਖਣਾ ਚਾਹੀਦਾ। ਜੇ ਸਾਡੇ 'ਚ ਫਰਕ ਵੀ ਨੇ, ਅਸੀਂ ਯਾਦ ਰੱਖੀਏ, ਸਾਡੇ ਜੇ ਪੰਜ ਫਰਕ ਹੈ ਨਾ, ਪੰਜ ਫਰਕਾਂ ਪਿੱਛੇ 100 ਸਾਡੀਆਂ ਸਾਂਝਾਂ ਨੇ। ਪਰ ਐਸਾ ਸਮਾਂ ਭਿਆਨਕ ਚੱਲ ਰਿਹਾ, ਸਾਨੂੰ ਪੰਜ ਸਾਂਝਾਂ, ਪੰਜ ਫਰਕ ਦਿਸਦੇ, ਸਾਨੂੰ 100 ਸਾਂਝਾਂ ਨਹੀਂ ਦਿਸਦੀਆਂ। ਅਸੀਂ ਉਹ ਹਾਈਲਾਈਟ ਕਰ ਲੈਂਦੇ ਕਿ ਇਹਨੇ ਇਹ ਮੇਥੋਂ ਦੇਗ ਨਹੀਂ ਛਕੀ ਨੇ, ਜਾਂ ਦੇਗ ਹੋਰ ਤਰੀਕੇ ਨਾਲ ਬਣਾਉਂਦੇ ਆ, ਪਰ ਜਿਹੜੀ ਅਸਲ ਬਾਕੀ ਸਾਂਝ ਉਹ ਅਸੀਂ ਦੇਖ ਨਹੀਂ ਰਹੇ। ਅਸੀਂ ਜੇ ਅੱਜ ਇੱਥੇ ਫਰਜ਼ ਕਰੋ, ਅਸੀਂ ਪ੍ਰਚਾਰ ਕੀ, ਸਿੰਘਾਂ ਨੇ ਪ੍ਰਚਾਰ ਕੀਤਾ, ਆ ਕੇ ਫਰਜ਼ ਕਰ ਲਓ ਕਿਸੇ ਥਾਂ 'ਤੇ ਪ੍ਰਚਾਰ ਕੀਤਾ, ਉੱਥੇ 5-9 ਮੋਨਿਆਂ ਨੇ ਕੇਸ ਰੱਖ ਲਏ, ਕੱਲ੍ਹ ਅੰਮ੍ਰਿਤ ਛਕ ਲਿਆ, ਇਹ 'ਚ ਕਿਹਦਾ ਫਾਇਦਾ ਹੋਇਆ? ਕਿ ਤੁਹਾਡਾ ਫਾਇਦਾ ਨਹੀਂ ਹੋਇਆ, ਕਿ ਮੇਰਾ ਫਾਇਦਾ ਨਹੀਂ ਹੋਇਆ, ਸਾਡਾ ਸਭ ਦਾ ਫਾਇਦਾ ਹੋਇਆ।
ਜੇ ਇੱਥੇ ਕੋਈ ਹੋਰ ਹੋਰ ਜਥੇਬੰਦੀ ਦਾ ਬੰਦਾ ਕੋਈ ਮਰਜ਼ੀ ਪ੍ਰਚਾਰਕ ਆਵੇ ਉਹ ਕਿਤੇ ਪ੍ਰਚਾਰ ਕਰੇ, ਉੱਥੇ ਕੋਈ ਇੰਨੇ ਲੋਕ ਨਸ਼ੇ ਛੱਡ ਕੇ ਮਨਮਤ ਛੱਡ ਕੇ ਸਿੱਖੀ ਵੱਲ ਨੂੰ ਆ ਜਾਣ, ਕਿ ਮੈਨੂੰ ਇਸ ਗੱਲ ਦਾ ਮੈਨੂੰ ਕਹਿੰਦੀ ਖੁਸ਼ੀ ਨਹੀਂ ਹੋਣੀ ਚਾਹੀਦੀ? ਆਹ ਮੈਨੂੰ ਆਹ ਸੋਚਣਾ ਚਾਹੀਦਾ ਕਿ ਮੈਂ ਨਹੀਂ ਕੀਤੇ ਮੇਰੇ ਰਾਹੀਂ ਨਹੀਂ ਆਏ, ਇਹ ਮੈਂ ਨਹੀਂ ਖੁਸ਼ ਹੋਣਾ, ਇੱਦਾਂ ਕਰਨਾ ਚਾਹੀਦਾ ਮੈਨੂੰ? ਨਹੀਂ, ਜਿਹੜੇ ਜਿਹਨੇ ਮਰਜ਼ੀ ਇਸ ਪਾਸੇ ਮੇਰੇ ਪਰਮੇਸ਼ਰ ਪਿਆਰੇ ਵੱਲ ਨੂੰ, ਕਿਸੇ ਨੇ ਇੱਕ ਕਦਮ ਤੋਰਿਆ, ਕਿਸੇ ਨੇ ਪੰਜ ਕਦਮ ਤੋਰਿਆ, ਕਿਸੇ ਨੇ ਦੋ ਕਦਮ, ਕਿਸੇ ਜਿੰਨੇ ਕਦਮ ਤੋਰਿਆ, ਜਿੰਨਾ ਕਿਸੇ ਉੱਦਮ ਕੀਤਾ ਸੀ ਉਨਾ ਹੀ ਸਤਿਕਾਰ ਕਰਨਾ ਉਹਦਾ। ਸਾਰਿਆਂ ਦੀ ਲੋੜ ਹੈ ਸਾਨੂੰ। ਹੁਣ ਮੈਂ ਨਾਲ ਹੀ ਜਾਣਾ, ਜਦੋਂ ਮੈਂ ਇਸ ਪਾਸੇ ਆਇਆ ਸੀਗਾ ਨਵਾਂ ਨਵਾਂ, ਕਈ ਰਾਗੀ ਸੀਗੇ, ਉਹ ਬੜਾ ਇਮੋਸ਼ਨਲ ਕੀਰਤਨ ਕਰਦੇ ਹੁੰਦੇ ਸੀ, ਬੜੀ ਉਹਨੀ ਕਥਾ ਕਰਨੀ ਵਿੱਚ, ਹੁਣ ਨਾਲ ਹੀ ਗੁਜ਼ਰ ਚੁੱਕੇ ਨੇ ਉਹ। ਅਤੇ ਉਦੋਂ ਕਹਿੰਦੇ ਬਾਅਦ 'ਚ ਪਤਾ ਲੱਗੇ, ਮੈਂ ਉਦੋਂ ਸੀਗਾ ਮੋਨਾ ਸੀਗਾ, ਉਦੋਂ ਬਹੁਤ ਪੁਰਾਣੀ ਗੱਲ ਹੈ, ਨੌਜਵਾਨੀ ਦੀ ਗੱਲ ਹੈ। ਅਤੇ ਉਦੋਂ ਕਈ ਵਾਰੀ ਸੁਣ ਕੇ ਅਸੀਂ ਰੋਣਾ ਵੀ, ਇੰਨੀ ਪਿਆਰ ਨਾਲ ਗੱਲਾਂ ਸੁਣਾਉਂਦੇ ਸੀਗੇ ਉਹ। ਫਿਰ ਮਗਰੋਂ ਪਤਾ ਲੱਗਿਆ ਕਿ ਉਹ ਤਾਂ ਲੋਭੀ ਸੀਗੇ, ਜਾਂ ਇੰਨਾ ਪੈਸਾ ਰੱਖੋ ਤਾਂ ਕੀਰਤਨ ਕਰਦੇ ਨੇ, ਫਿਰ ਉਹਨਾਂ ਬਾਰੇ ਥੋੜ੍ਹੀ ਜਿਹੀ ਲੋਕਾਂ ਨੇ ਗਲਤ ਗੱਲਾਂ ਵੀ ਕੀਤੀਆਂ। ਪਰ ਹੁਣ ਜੇ ਦੇਖੀਏ ਅਸੀਂ ਵਿਚਾਰ ਕਰਾਂ, ਮੈਂ ਮੇਰੇ ਜੀਵਨ ਦੇ ਕਿਸੇ ਪੜਾਅ ਵਿੱਚ ਉਹਨਾਂ ਦਾ ਰੋਲ ਸੀਗਾ ਇੱਕ, ਉਦੋਂ ਮੈਨੂੰ ਲੋੜ ਸੀਗੀ ਉਸ ਚੀਜ਼ ਦੀ, ਮੇਰੀ ਉਹਨੇ ਲੋੜ ਪੂਰੀ ਕੀਤੀ। ਉਦੋਂ ਹਰੇਕ ਇਨਸਾਨ 'ਚ ਕਾਮ ਕੋਲ ਲੋਭ ਮੋਹ ਹੁੰਦੇ ਨੇ, ਕੋਈ ਕਮੀਆਂ, ਕੁਛ ਸਟਰੈਂਥ ਹੁੰਦੀਆਂ, ਕੁਛ ਵੀਕਨੈਸ ਹੁੰਦੀਆਂ ਨੇ। ਸੋ ਮੈਨੂੰ ਸਾਨੂੰ ਦੇਖਣਾ ਪੈਣਾ ਹਰ ਬੰਦੇ ਦਾ, ਹਰ ਪ੍ਰਚਾਰਕ ਦਾ ਸਾਡੇ ਪੰਥ 'ਚ ਕੋਈ ਰੋਲ ਆ, ਉਹ ਰੋਲ ਨੂੰ ਅਸੀਂ ਰੈਕੋਗਨਾਈਜ਼ ਕਰਨਾ। ਹਰੇਕ ਜਿਵੇਂ ਅਲੱਗ ਅਲੱਗ ਕਲਾਸਾਂ ਦੇ, ਅਲੱਗ ਅਲੱਗ ਸਬਜੈਕਟਾਂ ਦੇ ਅਲੱਗ ਅਲੱਗ ਅਧਿਆਪਕ ਹੁੰਦੇ ਨੇ, ਇੱਦਾਂ ਪੰਥ ਛੋਟਾ ਥੋੜ੍ਹੀ, ਕੋਈ ਕੌਮ ਬਹੁਤ ਵੱਡੀ ਆ, ਇਹ ਕੌਮ ਦੇ ਅਲੱਗ ਅਲੱਗ ਅਵਸਥਾ ਵਾਲੇ ਲੋਕਾਂ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਪ੍ਰਚਾਰਕ ਨੇ। ਸਾਡਾ ਕੰਮ ਕੀ, ਸਾਨੂੰ ਸਭ ਦਾ ਸਤਿਕਾਰ ਰੱਖਣਾ ਪੈਣਾ। ਮੈਂ ਪਹਿਲਾਂ ਬੇਨਤੀ ਕੀਤੀ, ਜੈਸਾ ਕੋਈ ਅਧਿਕਾਰੀ ਹੋਊਗਾ ਨਾ, ਉਹਨੇ ਉਹੋ ਜਿਹੇ ਸਥਾਨ 'ਤੇ ਪਹੁੰਚ ਜਾਣਾ। ਹੁਣ ਜੇ ਸਾਡਾ ਕੋਈ ਫਰਕ ਹੈ ਕਿਸੇ ਹੋਰ ਜਥੇਬੰਦੀ ਨਾਲੋਂ, ਮੈਂ ਸੋਚਿਆ ਸਾਡੇ ਵਰਗਾ ਨਹੀਂ, ਮੈਂ ਤੈਨੂੰ ਪਿਆਰ ਨਹੀਂ ਕਰਨਾ, ਮੈਂ ਤੈਨੂੰ ਪਸੰਦ ਨਹੀਂ ਕਰਨਾ ਇਹਨੂੰ, ਇਹ ਮੇਰੇ ਵਾਸਤੇ ਕਿੱਡੀ ਮਾੜੀ ਗੱਲ ਹੋਊਗੀ? ਜੇ ਉਹ ਬਸ ਇਸ ਕਰਕੇ 100% ਮੇਰੇ ਵਾਂਗੂ ਕੰਮ ਨਹੀਂ ਕਰਦਾ ਉਹ, ਇਸ ਕਰਕੇ ਮੈਂ ਨਹੀਂ ਪਸੰਦ ਕਰਦਾ ਉਹਨੂੰ, ਆਹ ਕੀ ਗੱਲ ਹੋਈ? ਇੱਦਾਂ ਨਹੀਂ ਕਰਨਾ ਆਪਾਂ। ਜੇ ਸਾਡੇ 'ਚ ਫਰਕ ਵੀ ਨੇ, ਕੋਈ ਗੱਲ ਨਹੀਂ, ਉਹ ਫਰਕ ਰਹਿਣੇ ਨੇ ਸਾਡੇ, ਕਿਤੇ ਐਸਾ ਸਮਾਂ ਕਿਤੇ ਆਊਗਾ ਕੋਈ ਸੱਚੇ ਪਾਤਸ਼ਾਹ, ਕੋਈ ਖਾਸ ਹੀ, ਕੋਈ ਮੁਜੱਦਦ ਸਾਡੇ ਪੰਥ 'ਚ ਪ੍ਰਗਟ ਹੋਵੇ, ਸ਼ਾਇਦ ਬਦਲ ਜਾਵੇ ਗੱਲ ਇਹ। ਪਰ ਹਾਲੇ ਤਾਂ ਫਰਕ ਰਹਿਣੇ, ਸੋ ਸਾਨੂੰ ਕੀ ਕਰਨਾ ਚਾਹੀਦਾ, ਸਥਿਤੀ ਵਿੱਚ ਰਹਿ ਕੇ ਅਸੀਂ ਸਭ ਤੋਂ ਵੱਧ ਚੰਗੇ ਤਰੀਕੇ ਨਾਲ ਕੰਮ ਕਰਨਾ, ਤਾਂ ਕਿ ਕੋਈ ਪਾੜਾ ਵਧੇ ਨਾ ਸਾਡਾ, ਸਾਡਾ ਪਿਆਰ ਹੋਵੇ। ਜਿੱਥੇ ਹੁਣ ਇਹ ਸਿੰਘ ਨੇ ਫਸ ਕੇ, ਸਾਡਾ ਥੋੜ੍ਹਾ ਫਰਕ ਲੱਗ ਰਿਹਾ ਆਪਸ 'ਚ, ਇਹ ਬੋਲਣ, ਮੈਂ ਬਹਿ ਕੇ ਸੁਣ ਸਕਾਂ ਇਹਨਾਂ ਨੂੰ, ਇਹਨੀ 100 ਗੱਲਾਂ 'ਚੋਂ 5 ਗੱਲਾਂ ਫਰਕ ਕਹਿਣਗੇ ਸਾਡੇ ਸਿਧਾਂਤ ਨਾਲੋਂ, ਬਾਕੀ ਤਾਂ ਉਹੀ ਗੱਲਾਂ ਕਰਨੀਆਂ ਇਹਨਾਂ ਨੇ ਜਿਹੜੀਆਂ ਅਸੀਂ ਕਰਦੇ ਹਾਂ। ਸੋ ਅਸੀਂ ਬਹਿ ਕੇ ਇੱਕ ਦੂਜੇ ਸੁਣ ਸਕੀਏ, ਇੱਕ ਦੂਜੇ ਬਰਦਾਸ਼ਤ ਕਰ ਸਕੀਏ। ਹਾਂ, ਦੂਜੀ ਗੱਲ, ਆਪਣੀ ਗੱਲ ਅਸੀਂ ਆਪਣੀ ਗੱਲ ਕਹਿ ਦੇਣੀ ਆ, ਉਹ ਮੰਨੇ ਨਾ ਮੰਨੇ, ਜੋ ਕਈ ਲੋਕ ਜ਼ਬਰਦਸਤੀ ਮਨਾਉਂਦੇ, ਤੂੰ ਆ ਗੱਲ ਕਿਉਂ ਕਹੀ, ਲੜਦੇ ਨੇ, ਤੂੰ ਪ੍ਰਚਾਰ ਨਹੀਂ ਕਰ, ਤੂੰ ਬੋਲ ਨਹੀਂ ਸਕਦਾ, ਅਸੀਂ ਉਸ ਗੱਲ ਦੇ ਉਲਟ ਹਾਂ। ਅਸੀਂ ਕਦੇ ਵੀ ਹਿੰਸਾ ਦੀ ਜਾਂ ਹਿੰਸਾ ਜਾਂ ਵਾਇਲੈਂਸ ਦੀ ਅਸੀਂ ਪ੍ਰਮੋਸ਼ਨ ਨਹੀਂ ਕਰਦੇ ਵੀ ਇੱਦਾਂ ਕਰੋ ਤੁਸੀਂ। ਜੇ ਤੁਹਾਡੇ ਵਿਰੋਧੀ ਵੀ ਹੈ ਕੋਈ, ਉਹਨੂੰ ਹੱਕ ਹੈ ਆਪਣੀ ਗੱਲ ਕਹਿਣ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਕੋਲ ਵੀ ਗਏ, ਪੰਡਤਾਂ ਕੋਲ ਵੀ ਗਏ, ਮੌਲੀਆਂ ਕੋਲ ਵੀ ਗਏ, ਲੜੇ ਆ ਕਿ ਕਿਸੇ ਨਾਲ, ਆਪਣੀ ਗੱਲ ਦੱਸੀ ਉਹਨਾਂ ਨੇ, ਆਪਣੀ ਗੱਲ, ਜਿਹਨੇ ਮੰਨੀ ਮੰਨੀ, ਇਹਨੇ ਮੰਨੀ ਨਾ ਮੰਨੀ, ਮਰਜ਼ੀ ਉਹਦੀ। ਇਹ ਤਾਂ ਅਸੀਂ ਆਪਣੀ ਗੱਲ ਕਹਿਣੀ ਆ, ਕੋਈ ਜਿਹਾ ਵਿਰੋਧੀ ਸਾਡਾ ਕੋਈ ਹੋਰ ਸਿਧਾਂਤ ਦਾ ਗੱਲ ਕਰਦਾ, ਉਹ ਵੀ ਕਹਿ ਸਕਦਾ ਵਾ, ਜਿਹਦੀ ਜਿੱਦਾਂ ਸੰਗਤ ਦੀ ਮਰਜ਼ੀ ਉਹ ਉਦਾਂ ਗੱਲ ਮੰਨ ਲਵੇ, ਉਹ ਲੜਨਾ ਨਹੀਂ ਸੀ ਆਪਸ ਕਿਸੇ ਨਾਲ, ਨਾ ਆਪਸ ਕੜੱਤਣ ਮਨ 'ਚ ਲੈ ਕੇ ਆਉਣੀ। ਸੋ ਅਸੀਂ ਇਸ ਤਰੀਕੇ ਨਾਲ ਹੁਣ ਤੱਕ ਸਾਡੀਆਂ 150 ਤੋਂ ਵੱਧ ਅਸੀਂ ਵੀਡੀਓ ਰਿਲੀਜ਼ ਕਰ ਚੁੱਕੇ ਹਾਂ, ਪਿੰਡਾਂ 'ਚ ਜਾ ਕੇ ਪ੍ਰਚਾਰ ਵੀ ਕੀਤਾ ਆ, ਅਸੀਂ ਕਿਸੇ ਵੀ ਵਿਅਕਤੀ ਦਾ ਨਾਂ ਲੈ ਕੇ ਗੱਲ ਨਹੀਂ ਕੀਤੀ। ਹਾਂ, ਸਿਧਾਂਤ ਦੀ ਗੱਲ ਜ਼ਰੂਰ ਕੀਤੀ ਆ, ਜਿਵੇਂ ਮਾਸ ਖਾਣ ਦੀ ਗੱਲ ਆ, ਕਈ ਸਿੰਘ ਸਪੋਰਟ ਕਰਦੇ, ਕਈ ਉਲਟ ਨੇ, ਅਸੀਂ ਭਾਈ ਆਪਣੀ ਸਪੋਰਟ, ਅਸੀਂ ਕਹਿੰਦੇ ਵੀ ਮਾਸ ਨਹੀਂ ਖਾਣਾ ਚਾਹੀਦਾ, ਕੋਈ ਸਪੋਰਟ ਕਰਦੇ, ਉਹ ਵੀ ਅਸੀਂ ਕੋਈ ਵੈਰ ਨਹੀਂ ਕਰਦੇ, ਉਹਨਾਂ ਜੱਫੀ ਪਾਵਾਂਗੇ ਅਸੀਂ ਉਹਨਾਂ ਨੂੰ, ਕੋਈ ਨਿਹੰਗ ਸਿੰਘ ਮਿਲ ਜਾਏ ਜੱਫੀ ਪਾ ਕੇ ਮਿਲਾਂਗੇ ਉਹਨਾਂ ਨੂੰ।
ਹੋਰ ਸਿੰਘ ਕਈ ਮਿਸ਼ਨਰੀ ਸਿੰਘ ਛੱਕਦੇ ਨੇ, ਸਾਨੂੰ ਕੋਈ ਫਰਕ ਨਹੀਂ ਗਾ, ਅਸੀਂ ਜੱਫੀ ਪਾ ਸਕਦੇ ਹਾਂ ਉਹਨਾਂ ਨੂੰ, ਅਸੀਂ ਸਾਨੂੰ ਅਸੀਂ ਆਪਣੀ ਗੱਲ ਰੱਖ ਦਿੱਤੀ ਹੈ, ਅਸੀਂ ਇੱਦਾਂ ਮੰਨਦੇ ਤੁਸੀਂ ਇੱਦਾਂ ਮੰਨ ਲਓ, ਠੀਕ ਆ, ਅਸੀਂ ਵਿਵੇਕ ਦਾ ਛੱਕਦੇ ਹਾਂ, ਤੁਸੀਂ ਭਾਅ ਜੀ ਤੁਹਾਡੀ ਮਰਜ਼ੀ ਇੱਥੋਂ ਨਹੀਂ ਛੱਕਣਾ ਤੁਸੀਂ ਨਾ, ਅਸੀਂ ਆਪਣੀ ਗੱਲ ਕਹਾਂਗੇ ਵੀ ਬੰਦਗੀ ਕਰਨੀ ਆ ਅਤੇ ਭੋਜਨ ਵੀ ਜੈਸਾ ਮਨ ਜੈਸਾ ਅੰਨ ਤੈਸਾ ਮਨ, ਜੈਸਾ ਆਹਾਰ ਤੈਸਾ ਵਿਹਾਰ, ਸੋ ਅਸੀਂ ਕਿ ਅਸੀਂ ਸਾਨੂੰ ਲੱਗਦਾ ਫਰਕ ਪੈਂਦਾ ਵਾ, ਜਿਹਨੂੰ ਨਹੀਂ ਪਤਾ ਲੱਗਦਾ ਉਹ ਨਾ ਕਰੇ, ਸਾਨੂੰ ਕਿਸ ਗੱਲ ਦਾ ਫਰਕ ਨਹੀਂ ਗਾ, ਪਰ ਅਸੀਂ ਵਿਰੋਧ ਨਾ ਵਿਰੋਧ ਕਰਨਾ ਬੰਦ ਕਰ ਦਈਏ, ਮਨ 'ਚ ਫਰਕ ਨਾ ਲਿਆਈਏ, ਛੋਟੀ ਜਿਹੀ ਗੱਲ ਹੈ ਇੱਥੇ, ਬਹੁਤ ਛੋਟੀ ਗੱਲ ਹੈ,